ਖਬਰ ਪੰਜਾਬ ਦੀ ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਅਸੀਂ ਇਸ ਵੇਲੇ ਪੁੱਜੇ ਹਾਂ ਸੀਨੀਅਰ ਕਾਂਗਰਸੀ ਲੀਡਰ ਸਰਦਾਰ ਪਰਮਿੰਦਰ ਸਿੰਘ ਤੁੰਗ ਜਿਹੜੇ ਕਿ ਤਿੰਨ ਵਾਰ ਕਾਉਂਸਲਰ ਰਹੇ ਚੁਕੇ ਨੇ ਔਰ ਐਮਐਲਏ ਦੀ ਟਿਕਟ ਦੇ ਮੁੱਖ ਦਾਮੇਦਾਰ ਸੀ ਜਦੋਂ ਇਹਨਾਂ ਨੇ ਆਪਣੀ ਕਾਉਂਸਲਰ ਦੀ ਟਿਕਟ ਵੀ ਛੱਡ ਦਿੱਤੀ ਕਿਸੇ ਵਾਸਤੇ ਅੱਜ ਇਹ ਸਾਰੀਆਂ ਗੱਲਾਂ ਨਾਲ ਗੱਲਾਂ ਤੇ ਇਹਨਾਂ ਨਾਲ ਜਿਹੜੀ ਹੈ ਜ਼ਿਕਰ ਕਰਾਂਗੇ ਤੇ ਲਓ ਤੁਹਾਡੇ ਨਾਲ ਗੱਲ ਕਰਵਾ ਰਹੇ ਹਾਂ ਸਰਦਾਰ ਪਰਮਿੰਦਰ ਸਿੰਘ ਤੁੰਗ ਤੁੰਗ ਸਾਹਿਬ ਪੰਜਾਬ ਦੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਦੀਪਕ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਮੇਰੇ ਕੋ ਆਇਓ ਚੱਲ ਕੇ ਤੁਹਾਡਾ ਧੰਨਵਾਦ ਹੈ ਮੈਂ ਇਸ ਇਲਾਕੇ ਦੇ ਵਿੱਚੋਂ ਤਿੰਨ ਵਾਰਾ ਕਾਉਂਸਲਰ ਬਣਿਆ ਔਰ ਫਿਰ ਬਾਅਦ ਦੇ ਵਿੱਚ ਟਿਕਟ ਦਮਨ ਨੂੰ ਦੇ ਦਿੱਤੀ ਜਿਹੜਾ ਇਸ ਵੇਲੇ ਪ੍ਰੋਮੋਟਰਸ ਦਾ ਚੇਅਰਮੈਨ ਹੈ ਇਹ ਮੈਂ ਪੁੱਛਣਾ ਸਮਾਂਗਾ ਤੁੰਗ ਸਾਹਿਬ ਤੁਹਾਡੇ ਕੋਲੋਂ ਕਿ ਤਿੰਨ ਵਾਰ ਦਾ ਕਾਉਂਸਲਰ ਰਿਹਾ ਹੋਵੇ ਤੇ ਪਬਲਿਕ ਉਹਦੀ دیਵਾਨੀ ਹੋਵੇ ਤੇ ਉਸ ਦੇ باوجود ਕਾਉਂਸਲਰ ਆਪਣੀ ਟਿਕਟ ਕਿਸੇ ਨੂੰ ਖੁਸ਼ੀ ਨਾਲ ਦੇ ਦੇਵੇ ਇਹਦਾ ਕੀ ਕਾਰਨ ਸੀ ਮੈਨੂੰ ਦੀਪਕ ਜੀ ਕੋਈ ਲਾਲਚ ਨਹੀਂ ਹੈਗਾ ਕੁਰਸੀ ਦਾ ਕੋਈ ਲਾਲਚ ਹੈ ਨਹੀਂ ਮੈਨੂੰ ਕਹਿੰਦਾ ਚਾਚਾ ਜੀ ਮੈਨੂੰ ਟਿਕਟ ਦੇ ਦਿਓ ਮੈਂ ਤਾਂ ਤੂੰ ਲਾਲਾ ਮੈਂ ਕਿਹੜਾ ਕੋਈ ਭ੍ਰਿਸ਼ਟਾਚਾਰ ਕਰਨਾ ਕਿਉਂਕਿ ਇਲਾਕੇ ਦੇ ਲੋਕ ਜਾਣਦੇ ਹਨ ਜਿੰਨਾ ਕ ਮੈਂ ਕੰਮ ਕੀਤਾ ਹੈ ਨੌ ਸਕੂਲ ਬਣਾਏ ਸ਼ਮਸ਼ਾਨ ਘਾਟਾਂ ਦਾ ਜੋ ਵੀ ਮੇਰੇ ਕੋਲ ਸੀਗਾ ਲੋਕਾਂ ਨੂੰ ਕਿਸ਼ਤਾਂ ਦੇ ਪਲਾਟ ਫ੍ਰੀ ਪਲਾਟ ਮੰਦਰ ਮਸਜਿਦ ਗੁਰਦੁਆਰੇ ਬਣਾਏ ਹਨ ਕਿਉਂਕਿ ਮੈਨੂੰ ਕਿਸ ਚੀਜ਼ ਦਾ ਲਾਲਚ ਨਹੀਂ ਮੈਂ ਪ੍ਰੋਮੋਟਰਸ ਦਾ ਮੈਂਬਰ ਵੀ ਰਿਆ ਕਿਉਂਕਿ ਮੈਂ ਉਹ ਕੰਮ ਨਹੀਂ ਕੀਤਾ ਜਿਹੜਾ ਇਹ ਲੋਕ ਕੰਮ ਕਰਦੇ ਆ ਮੈਂ ਸਿਰਫ ਤੇ ਸਿਰਫ ਲੋਕਾਂ ਦਾ ਗਰੀਬ ਲੋਕਾਂ ਦਾ ਤਲਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਕਾਉਂਸਲਰ ਬਣਾ ਕੇ ਉਹ ਸੀਟ ਤੇ ਬਣਾਇਆ ਹੋਣੋ ਲੋਕ ਮੇਰੇ ਕੋ ਇਕੱਠੇ ਹੋ ਗਏ ਹਜ਼ਾਰਾਂ ਦੀ ਗਿਣਤੀ ਚ ਹੁੰਦੇ ਹੈ ਵੀ ਤੁੰਗ ਸਾਹਿਬ ਤੁਸੀਂ ਇਲਾਕੇ ਦੇ ਵਿੱਚ ਕਿਉਂ ਨਹੀਂ ਵੜਦੇ ਵੀ ਹੈ ਤੁਹਾਡੇ ਲੋਕਾਂ ਦਾ ਵਿਕਾਸ ਕਿਉਂਕਿ ਇੱਕ ਜਿਹੜੀ ਚੀਜ਼ ਹੈਗੀ ਆ ਗਲੀਆਂ ਦਾ ਵਿਕਾਸ ਸੜਕਾਂ ਦਾ ਵਿਕਾਸ ਖੇਲੇ ਜਣਾ ਦੇ ਵਿੱਚ ਆ ਕੇ ਦਾਦ ਦੇ ਵਿੱਚ ਆ ਕੇ ਲੋਕਾਂ ਦੇ ਵਿੱਚ ਵਿਖਾ ਕੇ ਮੈਂ ਬੜਾ ਵਿਕਾਸ ਕੀਤਾ ਇਹ ਨਹੀਂ ਗੱਲ ਮੰਨੀ ਜਾਂਦੀ ਪਾਜੀ ਇੱਕ ਚੀਜ਼ ਹੋਰ ਦੱਸੋ ਕਿ ਅੱਜ ਮੈਂ ਤੁਹਾਡੇ ਹਲਕੇ ਦਾ ਦੌਰਾ ਕਰ ਰਿਆ ਸਾਂ ਤੇ ਮੈਨੂੰ ਤੁਹਾਡੇ ਹਲਕੇ 'ਚ ਤੁਹਾਡੇ ਜਿਹੜੇ ਪੁਰਾਣੇ ਵਰਕਰ ਨੇ ਉਹ ਮਿਲੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਪਰਮਿੰਦਰ ਸਿੰਘ ਤੁੰਗ ਜਿਹੜੇ ਆ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਧਮਾਕਾ ਕਰਨ ਜਾ ਰਹੇ ਨੇ ਹਲਕੇ ਦੇ ਵਿੱਚ ਤੇ ਇਹ ਜੇ ਪੱਤਰਕਾਰ ਯਾਰ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਥਰੂ ਦਰਸ਼ਕਾਂ ਤੱਕ ਜਾਣਾ ਚਾਹੀਦਾ ਕਿ ਸਰਦਾਰ ਪਰਮਿੰਦਰ ਸਿੰਘ ਤੁੰਗ ਕਿਹੜਾ ਧਮਾਕਾ ਕਰਨਗੇ ਤੇ ਕਿਹਦੇ ਖਿਲਾਫ ਕਰਨਗੇ ਬਿਲਕੁਲ ਜੀ ਵੇਖੋ ਜੇ ਮੈਂ ਤਿੰਨ ਵਾਰਾ ਕਾਉਂਸਲਰ ਬਣ ਕੇ ਤੇ ਦਮਨ ਨੂੰ ਟਿਕਟ ਦੇ ਸਕਦਾ ਹਾਂ ਜੇ ਲੋਕ ਮੇਰੇ ਲੋਕ ਗਰੀਬ ਲੋਕ ਚਾਹੁੰਦੇ ਮੇਰੇ ਕੋ ਆਉਂਦੇ ਆ ਤੇ ਮੈਨੂੰ ਵੇਖੋ ਹਰ ਇੱਕ ਨੂੰ ਅਕ ਹੈਗਾ ਖਲੋਣ ਦਾ ਇਹ ਨਹੀਂ ਵੀ ਕਿਸੇ ਬੰਦੇ ਨੂੰ ਕੋਈ ਮੁੱਖ ਮੰਤਰੀ ਬਣ ਜਾਏਗਾ ਪ੍ਰਧਾਨ ਮੰਤਰੀ ਬਣ ਜਾਏ ਉਹਨੂੰ ਹੱਕ ਹੈਗਾ ਪਰਮੰਦਰ ਤੁੰਗ ਨੂੰ ਵੀ ਹੱਕ ਹੈਗਾ ਮਾਜੇ ਦੇ ਹੀ ਮਾਜੇ ਦੇ ਆ ਸਾਰੇ ਮਲਵਈ ਬੜੇ ਜਾਣੇ ਆ ਅਕਾਲੀ ਆ ਜਾਂਦੇ ਕਾਂਗਰਸੀ ਆ ਜਾਂਦੇ ਜੋੰਗਲ ਵਈ ਆ ਗਿਆ ਹੈ ਇੱਥੇ ਜਦ ਮੁੱਖ ਮੰਤਰੀ ਬਣਦੇ ਜੰਗੂ ਐਮਐਲਏ ਬਣਦੇ ਸਾਡਾ ਕੋਈ ਅਧਿਕਾਰ ਨਹੀਂ ਹੈ ਮਾਜ ਦੇ ਹੀ ਮਾਜ ਦੇ ਜਰਨਲਿਸਟ ਹੁੰਦੇ ਆ ਜਿੰਨਾ ਚਿਰ ਅਸੀਂ ਰਹੇ ਹਾਂ ਜਿੰਨਾ ਚਿਰ ਕਾਉਂਸਲਰ ਇਲਾਕੇ ਦਾ ਵਿਕਾਸ ਹੀ ਕਰਾ 40 ਕੁ ਦੀ ਸੜਕਾਂ 골ਡਨ ਨੇਵ ਸੜਕਾਂ ਜੋ ਉਹਨਾਂ ਘਟਾਈਆਂ ਕਿਸੇ ਬੰਦੇ ਉਦੋਂ ਉਦੋਂ ਇਹ ਐਮਐਲਏ ਕਿੱਥੇ ਸੀ ਹਰ ਪਾਰਟੀ ਜੀ ਬਦਲ ਕਹਿੰਦੇ ਮੈਂ ਪਾਰਟੀ ਦੀ ਨਹੀਂ ਨਾ ਬਦਲੀ ਅੱਜ ਤੱਕ ਉੱਥੇ ਰਿਹਾ ਪੁਰਾਣਾ ਕਾਉਂਸਲਰ ਆ ਇਹਨਾਂ ਨੂੰ ਵੀ ਚਾਹੀਦਾ ਵੀ ਯਾਰ ਆਪਣੇ ਬੰਦਿਆਂ ਦੀ ਸਾਰ ਲਓ ਕੀ ਆਪਾਂ ਨਾਅਰੇ ਮਾਰਦੇ ਵੀ ਅਸੀਂ ਐਮਐਲਏ ਮੰਤਰੀ ਮੁੱਖ ਮੰਤਰੀ ਬਣ ਜਾਵਾਂਗੇ ਕੀ ਕਰਾਂਗੇ ਸਮਾਜ ਦਾ ਅਸੀਂ ਬੈਠੇ ਇੱਥੇ ਕੁਰਸੀਆਂ ਦੇ ਬਾਹਰ ਬੈਠੇ ਹਾਂ ਸੜਕਾਂ ਤੇ ਅਸੀਂ ਲੋਕਾਂ ਦਾ ਕੋਈ ਨਹੀਂ ਸੁਵਾਰ ਸਕਦੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਦੀਪਕ ਜੀ ਜਾ ਕੇ ਲੋਕਾਂ ਵਿੱਚ ਆਵਾਜ਼ ਸੁਣੋ ਆਵਾਜ਼ ਕਿਹਦੀ ਚੱਲਦੀ ਆ ਗਰੀਬ ਲੋਕਾਂ ਜੋ ਮੈਂ ਪਰਮੰਦਰ ਸਿੰਘ ਤੁੰਗ ਗਰੀਬਾਂ ਦਾ ਯਾਰ ਹਾਂ ਕਿਉਂਕਿ ਇਹ ਬੰਦੇ ਜਦੋਂ ਆਉਂਦੇ ਇਲੈਕਸ਼ਨਾਂ ਆਉਂਦੀਆਂ ਬਾਹਰ ਨਿਕਲ ਜਾਂਦੇ ਜਿੱਦਾਂ ਫਲਵਾੜੀ ਦੇ ਫੁੱਲ ਨਿਕਲਦੇ ਆ ਇਹ ਫੁੱਲਾਂਵਾਲਾ ਨਿਕਲਦੇ ਆ ਕਦੀ ਕਿਸੇ ਨੂੰ ਬਣਾ ਦਿੰਦੇ ਆ ਵੋਟਰਾਂ ਨੂੰ ਕਹਿੰਦੇ ਆ ਜਿਹੜੇ ਵਿਚਾਰੇ ਕੌਂਸਲਰ ਆ ਕੀ ਤੁਹਾਡਾ ਫਰਜ਼ ਨਹੀਂ ਮੰਨਦਾ ਜਿਹੜੇ ਲੋਕ ਮਰ ਗਏ ਸੀ ਉਹਨਾਂ ਲੋਕਾਂ ਦੇ ਵਿਹਾਲ ਚਾਲ ਪੁੱਛੋ ਜਿਹੜੇ ਗੋਦ ਲਏ ਸੀ ਇਹ ਗੋਦ ਲੈ ਕੇ ਆਪਾਂ ਗੋਦ ਦੇ ਵਿੱਚ ਕਦੀ ਕਿਸੇ ਦਾ ਆਪਾਂ ਨੁਕਸਾਨ ਕਰੀ ਜਾਂਦੇ ਕਦੀ ਕੀ ਹੁੰਦਾ ਇਹਨੂੰ ਕਹੀ ਜਾਂਦੇ ਹੋ ਗਲਤ ਕਿ ਅਸੀਂ ਕੀ ਆਪਾਂ ਕੋ ਰੱਬ ਥੋੜਾ ਹੈ ਇਹ ਦੁਨੀਆ ਦੇ ਵਿੱਚ ਅਈ ਖੰਡੇ ਵਾਲੇ ਦੇ ਪਚਾਰੇ ਗੁਰੂ ਨਾਨਕ ਦਾਸ ਜੀ ਧਰਤੀ ਦੇ ਜਨਮ ਲਿਆ ਤੁੰਗ ਸਾਹਿਬ ਤੁਹਾਡਾ ਜਿਹੜਾ ਗੁੱਸਾ ਉਹ ਦੱਸ ਰਿਹਾ ਹੈ ਕਿ ਇਸ ਵੇਲੇ ਪਾਰਟੀ ਪ੍ਰਤੀ ਜਾਂ ਪਾਰਟੀ ਪ੍ਰਧਾਨ ਜਾਂ ਹਲਕੇ ਦਾ ਐਮਐਲਏ ਸਦਾਰ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਪ੍ਰਤੀ ਤੁਹਾਡਾ ਜਿਹੜਾ ਗੁੱਸਾ ਉਹ ਸਾਫ਼ ਝਲਕਦਾ ਨਜ਼ਰ ਆ ਰਿਹਾ ਹੈ ਪਰ ਜਿੱਥੋਂ ਤੱਕ ਮੈਂ ਜਾਣਨਾ ਤੁੰਗ ਸਾਹਿਬ ਮੈਨੂੰ ਪਤਾ ਹੈ ਕਿ ਜਦੋਂ ਸਦਾਰ ਨਵਜੋਤ ਸਿੰਘ ਸਿੱਧੂ ਭਾਜਪਾ ਛੱਡ ਕੇ ਕਾਂਗਰਸ ਚ ਆਏ ਸੀ ਤੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਬੋਰਡ ਜਿਹੜਾ ਉਹਨਾਂ ਦੇ ਵੈਲਕਮ ਦਾ ਉਹ ਸਰਦਾਰ ਪਰਮਿੰਦਰ ਸਿੰਘ ਢੁੰਗ ਵੱਲੋਂ ਲਗਾਇਆ ਗਿਆ ਸੀ ਸਿੱਧੂ ਦਾ ਵੈਲਕਮ ਕੀਤਾ ਗਿਆ ਸੀ ਕਿ ਆਓ ਹਲਕੇ 'ਚ ਰਲ ਕੇ ਕੰਮ ਕਰੀਏ ਪਰ ਜਿੱਥੋਂ ਤੱਕ ਹੁਣ ਸਿੱਧੂ ਸਾਹਿਬ ਦੇ ਕਾਂਗਰਸ 'ਚ ਆਉਣ ਤੋਂ ਬਾਅਦ ਕਾਂਗਰਸ ਦਾ ਮੰਦਾ ਹਾਲ ਜਿਹੜਾ ਹੈ ਉਹ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਰੋਜ਼ ਬਿਆਨਬਾਜ਼ੀ ਸੁਣਦੇ ਹੋ ਅੱਜਕੱਲ ਖਾਸ ਕਰਕੇ ਜਿਹੜੀ ਜ਼ੁਬਾਨ ਹੈ ਉਹ ਸਿੱਧੂ ਸਾਹਿਬ ਦੀ ਫਿਸਲਦੀ ਜਾ ਰਹੀ ਹੈ ਜਿਵੇਂ ਕਿ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ ਕਿ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਬਿਆਨ ਸੀ ਕਿ ਮੈਂ ਹਰ ਘਰ ਔਰਤ ਨੂੰ 1000 ਰੁਪਇਆ ਅਗਰ ਸਾਡੀ ਸਰਕਾਰ ਬੰਦੀ ਹੈ ਤੇ ਦਿਆ ਕਰਾਂਗਾ ਤੇ ਸਿੱਧੂ ਸਾਹਿਬ ਨੇ ਇੱਕ ਬੜਾ ਤੰਜ ਕੱਸਿਆ ਸੀ ਉਹਨਾਂ ਤੇ ਕਿ ਇਹ ਤਾਂ ਪਾਗਲ ਹੋ ਗਿਆ ਇਹ ਪੈਸੇ ਜਿਹੜੇ ਆ ਇਹ ਕਿੱਥੋਂ ਲਿਆਏਗਾ ਪਰ ਕੁਝ ਹੀ ਦਿਨਾਂ ਦੇ ਵਿੱਚ ਹੁਣ ਥੋੜੇ ਦਿਨਾਂ ਚ ਤੁਸੀਂ ਦੇਖਿਆ ਕਿ ਜਿਹੜਾ ਸਿੱਧੂ ਸਾਹਿਬ ਦਾ ਬਿਆਨ ਆਇਆ ਕਿ ਮੈਂ ਹਰ ਘਰ ਔਰਤ ਨੂੰ 2000 ਰੁਪਇਆ ਨਗਦ ਤੇ ਨਾਲ 8 ਸਿਲੰਡਰ ਜਿਹੜੇ ਆ ਉਹ ਦਿਆਕਰਾਂਗਾ ਫ੍ਰੀ ਹੁਣ ਦੱਸੋ ਵੀ ਹੁਣ ਸਰਕਾਰ ਕੋਲ ਪੈਸਾ ਕਿੱਥੋਂ ਆ ਜਾਏਗਾ ਮਾਨਪ੍ਰੀਤ ਸਾਹਿਬ ਤਾਂ ਕਹਿੰਦੇ ਖਜ਼ਾਨਾ ਖਾਲੀ ਹੈ ਗਲਤ ਗੱਲ ਆ ਜੀ ਵੇਖੋ ਜ਼ਿੰਦਗੀ ਦੇ ਵਿੱਚ ਇਹ ਸਾਡੇ ਪੰਜਾਬ ਦੀਆਂ ਆਰਥਿਕ ਰੋਵੇ ਗਰਵੀ ਰੱਖਣ ਦੇ ਆ ਇਹਨਾਂ ਲੋਕਾਂ ਨੂੰ ਕੀ ਚਾਹੀਦਾ ਵੀ 1000 ਰੁਪਿਆ ਚਾਹੀਦਾ ਇਹਨੂੰ 2000 ਚਾਹੀਦਾ ਕਿ ਇਹਨੂੰ 8 ਸਿਲੰਡਰ ਚਾਹੀਦੇ ਆ ਉਹ ਤੁਸੀਂ ਨੌਕਰੀਆਂ ਦਾ ਦੋ ਜਿਹੜੇ ਨੌਜਵਾਨਾਂ ਨੂੰ ਜਿਹੜੀਆਂ ਪਤਨੀਆਂ ਉਹਨਾਂ ਦੀ ਆਪਸ ਲੰਡਰ ਲਿਆ ਸਕਣ ਇਹ ਸਾਰੇ ਲਫਾਫੇ ਬਾਜੀ ਕਰਨੀਆ ਜਿੰਨੇ ਪੋਲਿਟਿਕਲੀ ਪਾਰਟੀਆਂ ਯਾਰ 8 ਸਿਲੰਡਰ ਤੁਸੀਂ ਕਿੱਥੋਂ ਦੋਗੇ ਇਹ ਸਾਡੇ ਕੋਲ ਲੈ ਕੇ ਦੋਗੇ ਨਾ ਆਪਣੇ ਘਰੋਂ ਦੇ ਕੇ ਆਓ ਘਰੋਂ ਦੋ ਜੋ ਸਿਲੰਡਰ ਦੇਣੇ ਜੇ ਕੇਜਰੀਵਾਲ ਨੇ ਕਿਹਾ ਮੈਂ ਇੱਕ ਸਿਲੰਡਰ ਨੂੰ ਦੋ ਦਊ ਕੋ ਕੋ 400 ਯੂਨਟ ਫ੍ਰੀ ਕਰਨੇ ਅਸੀਂ ਮੰਗਦੇ ਆਂ ਪੰਜਾਬ ਦੇ ਨਮਾਇੰਦੇ ਆਂ ਇੰਨੇ ਮੈਂ ਕੀ ਕੀਤੀ ਆ ਇਹ ਹੁਣ ਦੋ ਸਿਲੰਡਰ 20 ਸਿਲੰਡਰ ਪਹਿਲਾਂ ਕੇਜਰੀਵਾਲ ਦੀ ਕਰਦਾ ਇਹ مخالਫਤ ਹੁਣ ਆਪ ਆਪ ਕਹਿਣ ਦਿਆ ਵੀ ਅਸੀਂ ਦੋ ਦੋ ਸਿਲੰਡਰ 20 20 ਸਿਲੰਡਰ ਦੇ ਦਾਂਗੇ ਕੀ ਉਹ ਔਰਤਾਂ ਸ਼ਦਾਈ ਕਰ ਦੋਗੇ ਤੁਸੀਂ ਕੁਝ ਕਾਂਗਰਸੀ ਮੰਤਰੀਆਂ ਦਾ ਤੇ ਐਮਐਲਏ ਦਾ ਬਿਆਨ ਸੀ ਨਾਰਾਜ਼ ਹੋ ਕੇ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਦਾ ਬੇੜਾ ਗਰਖ ਕਰ ਰਹੇ ਨੇ ਕੀ ਤੁਹਾਡਾ ਵੀ ਇਹ ਮੰਨਣਾ ਵੇਖੋ ਜੀ ਹਾਈ ਕਮਾਂਡ ਦੀ ਗੱਲ ਆ ਉਹਨਾਂ ਦੇ ਲਾਗੇ ਹੈਗਾ ਇਹ ਤੇ ਇਹਨੂੰ ਦੀਪਿਕ ਜੀ ਪੁੱਛੋ ਵੀ ਤੇਰੀ ਸਮਾਜ ਪ੍ਰਤੀ ਕੀ ਗੱਲ ਹੈਗੀ ਆ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਲੋਕਾਂ ਦਾ ਹੱਥ ਛੱਡ ਕੇ ਤੇ 10 ਮਿੰਟ ਤੱਕ ਲੋ ਜਾ ਇੱਥੇ ਮਿੱਠੂ ਮੈਦਾਨ ਨੇ ਇੱਥੇ ਰੈਲੀ ਕੀਤੀ 1 ਮਿੰਟ ਨਹੀਂ ਘਲੋਤਾ ਕਿਉਂ ਨਹੀਂ ਘਲੋਤਾ ਉਦੋਂ ਦੁਨੀਆ ਨਿਕਲ ਆਈ ਸੀ ਘੜੀ ਉਹ ਰੇਲਾਸੇ ਚ ਗਈ ਆਈ ਉਦੋਂ ਲੋਕ ਨਿਕਲ ਆਏ ਸੀ ਜੋ ਮੈਨੂੰ ਇਨਫਰਮੇਸ਼ਨ ਮਿਲੀ ਆ ਨਾ ਵੇਖੋ ਉਹਨਾਂ ਲੋਕਾਂ ਦਾ ਵਿਹਾਰ ਚਾਲ ਦੇ ਪੁੱਛਣਾ ਚਾਹੀਦਾ ਇੱਕ ਭਾਜੀ ਹਾਲ ਚਾਲ ਦੇ ਨਾਂ ਤੇ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਸardar Navjot Singh Sidhu ਦੀ ਕੋਠੀ ਦੇ ਬਾਹਰ ਕੁਝ ਔਰਤਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਧਰਨਾਕਾਰੀਆਂ ਦੇ ਉੱਤੇ Sidhu ਸਾਹਿਬ ਦੀ ਸਿਕਿਉਰਿਟੀ ਦੀ ਜਿਹੜੀ ਗੱਡੀ ਆ ਉਹ ਚੜਾ ਦਿੱਤੀ ਗਈ ਤਾਂ ਉਹ ਜਿਹੜੀ ਲੇਡੀ ਆ ਉਹਦਾ ਜਿਹੜਾ ਹਸਪੀਟਲ ਚ ਇਲਾਜ ਵੀ ਚੱਲਿਆ ਤੇ ਹੁਣ ਪੱਤਰਕਾਰ ਜਦੋਂ ਮੈਡਮ ਨਵਜੋਤ ਕੋਰ ਸਿੱਧੂ ਨੂੰ ਹਲਕੇ ਚਾਣ ਤੇ ਇਹ ਪੁੱਛਦੇ ਨੇ ਕਿ ਉਹ ਜਿਹੜੇ ਲੋਕ ਨੇ ਉਹ ਔਰਤਾਂ ਨੇ ਉਹ ਕਹਿ ਰਹੀਆਂ ਕਿ ਸਾਡੇ ਨਾਲ ਇਹ ਸਲੂਕ ਹੋਇਆ ਤੇ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਜਿਹੜੀਆਂ ਉਹ ਨਹੀਂ ਪਾਵਾਂਗੇ ਤੇ ਅੱਗੋਂ ਮੈਡਮ ਸਿੱਧੂ ਦਾ ਇਹ ਬੜਾ ਮੰਦ ਭਾਗਾ ਕਹਿਣਾ ਹੁੰਦਾ ਕਿ ਉਹਨਾਂ ਨੂੰ ਕੋ ਨਾਂ ਪਾਓ ਕੀ ਰਾਜਨੀਤੀ ਇਦਾਂ ਸੰਭਵ ਆ ਮੇਰੀ ਬੇਨਤੀ ਹੈ ਵੇਖੋ ਧੀਆਂ ਜਨਾਂ ਨੂੰ ਤੁਸੀਂ ਸਿਲੰਡਰ ਦੇਣ ਦੇ ਹੋ 2-2000 ਰੁਪਇਆ ਦੇਣ ਦੇ ਹੋ ਜੇ ਉਹਨਾਂ ਨੂੰ ਕੁਚਲ ਕੇ ਉਹਨਾਂ ਦਾ ਹਾਲ ਚਾਲ ਹੀ ਨਹੀਂ ਪੁੱਛਣਾ ਜੇ ਪੱਤਰਕਾਰ ਰੀਡ ਦੀ ਹੱਡੀ ਆ ਸਮਾਜ ਦੀ ਜਿਹੜੀ ਲੋਕਾਂ ਤੱਕ ਕਿਸਾਨਾਂ ਦੀ ਗੱਲ ਜਿਹੜੇ ਪੱਤਰਕਾਰ ਉਹਨਾਂ ਪਚਾਈ ਆ ਇਹ ਬੜੀ ਮੱਧ ਭਾਗੀ ਗੱਲ ਆ ਮੈਡਮ ਸੁਧੂ ਦੀ ਵੀ ਜਿਹੜੇ ਕਹਿੰਦੇ ਵੀ ਵੋਟ ਨਾ ਪਾਓ ਪੱਤਰਕਾਰਾਂ ਨੂੰ ਵੀ ਕਹਿ ਦਿੱਤਾ ਉਹ ਲੇਡੀਜ਼ ਨੂੰ ਪੈਤਾ ਉਹ ਵਿਚਾਰੀ ਉੱਥੇ ਦਾਖਲ ਆ ਪਰ हां चल ਤੇ ਪੁੱਛਣਾ ਚਾਹੀਦਾ ਸਟੇਜਾਂ ਦੇ ਵਿੱਚ ਵੇਖੋ ਟਾਡੀ ਜਥੇ ਬੜੇ ਲੱਗਦੇ ਆ ਬੜੇ ਬੜੇ ਗੌਣ ਵਾਲੇ ਵੀ ਲੱਗਦੇ ਆ ਪਰ ਤੁਸੀਂ ਥੋੜਾ ਜਆ ਗਰੀਬਾਂ ਦੇ ਵਿੱਚ ਆ ਕੇ ਵੇਖੋ ਜਿੰਨਾ ਨਸ਼ਾ ਇਲਾਕੇ ਦੇ ਵਿੱਚ ਇਸ ਹਲਕੇ ਦੇ ਵਿੱਚ ਚੱਲਣ ਡਿਆ ਆਪਾਂ ਉਹਦੀ ਆਵਾਜ਼ ਬੁਲੰਦ ਕਰ ਸਕਦੇ ਕਿ ਨਹੀਂ ਬੁਲੰਦ ਕਰ ਸਕਦੇ ਨਹੀਂ ਬਿਲਕੁਲ ਇਹ ਕਹਿਣਾ ਤੁਹਾਡਾ ਸਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਤਾਂ ਵਾਕਈ ਚੱਲ ਰਿਹਾ ਤੁਹਾਡੇ ਹੀ ਨਹੀਂ ਪੂਰੇ ਪੰਜਾਬ 'ਚ ਜਿਹੜਾ ਨਸ਼ਾ ਉਹ ਮੁੱਕ ਨਹੀਂ ਗਿਆ ਜਿਸ ਤਰ੍ਹਾਂ ਕਿ ਹੁਣ ਪਹਿਲਾਂ ਇਲਜ਼ਾਮ ਲੱਗਦੇ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਆ ਉਹ ਨਸ਼ਾ ਉਹਨਾਂ ਨੇ ਵੇਚਿਆ ਉਹਨਾਂ ਨੇ ਆ ਕੀਤਾ ਉਹਨਾਂ ਨੇ ਉਹ ਕੀਤਾ ਪਰ ਅੱਜ ਦੀ ਡੇਟ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਅੰਡਰਗਰਾਉਂਡ ਨੇ ਲੇਕਿਨ ਨਸ਼ਾ ਬੰਦ ਹੋ ਗਿਆ ਉਹਨਾਂ ਦੇ ਅੰਡਰਗਰਾਉਂਡ ਹੋਣ ਨਾਲ ਤੇ ਹੁਣ ਨਸ਼ਾ ਜਿਹੜਾ ਉਹ ਕੌਣ ਵਕਵਾ ਰਿਹਾ ਇਲਾਕੇ ਦੇ ਕਾਉਂਸਲਰ ਇਲਾਕੇ ਦੇ ਐਮਐਲਏ ਜਾਂ ਕੌਣ ਇੱਕ ਅਸੀਪਗੀ ਤੁਹਾਨੂੰ ਬੇਨਤੀ ਕਰਾਂ ਸਰਕਾਰ ਕੋਈ ਵੀ ਆਜੇ ਕਾਂਗਰਸੀ ਦੇ ਅਕਾਲੀ ਦੀ ਬੀਜੇਪੀ ਦੀ ਆਜੇ ਜਿੰਨਾ ਚਿਰ ਆਪਾਂ ਸਚਾਰੂ ਨਾ ਹੋ ਕੇ ਪੋਲਿਟੀਕਲੀ ਬੰਦੇ ਜਿੰਨਾ ਚਿਰ ਸਚਾਰੂ ਨਾ ਹੋਣਗੇ ਅਸੀਂ ਲੋਕ ਜਿਹੜਾ ਪ੍ਰਸ਼ਾਜਨ ਚੁਣੌਣ ਵਾਲੇ ਬੰਦੇ ਆ ਪਹਿਲਾਂ ਅਸੀਂ ਠੀਕ ਆ ਜਾਂ ਪਹਿਲਾਂ ਮੈਂ ਠੀਕ ਹੂੰ ਫੇਰ ਹੀ ਮੈਂ ਪ੍ਰਸ਼ਾਸਨ ਨੂੰ ਠੀਕ ਕਰ ਸਕੂਗਾ ਨਾ ਵੀ ਜਿਹੜਾ ਨਸ਼ਾ ਵੇਚਣ ਵਾਲੇ ਅਸੀਂ ਲੋਕ ਨਾ ਕਿਸੇ ਦੀ ਮਦਦ ਕਰੀਏ ਠੀਕ ਨਹੀਂ ਗੱਲ ਉਹ ਜਿਹੜੇ ਲੋਕ ਆ ਕੌਣ ਲੋਕ ਆ ਇਹ ਅਸੀਂ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਅਸੀਂ ਵੋਟਾਂ ਦੀ ਖਾਤਰ ਚੰਦ ਵੋਟਾਂ ਦੀ ਖਾਤਰ ਹੁਣ ਨਸ਼ਾ ਚੱਲਣਾ ਦੀ ਇਲੈਕਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸੈਂਟਰ ਨੇ ਜੋ ਮੈਨੂੰ ਲੱਗਦਾ ਜੀ ਸੈਂਟਰ ਨੇ ਇਲੈਕਸ਼ਨ ਨਹੀਂ ਹੋਣ ਦੇਣੀ ਜੋ ਮੇਰੇ ਜੋ ਮੈਨੂੰ ਪਤਾ ਜੀ ਇਹ ਹੁਣ ਕੋਵਿਡ ਦਾ ਨਾ ਲੈ ਆਉਣਾ ਫਿਰ ਨਸ਼ਿਆਂ ਦਾ ਪਤਾ ਨਹੀਂ ਇਹ ਕੀ ਕੁਛ ਹੋਣਾ ਜੀ ਸੈਂਟਰ ਦੀ ਸਰਕਾਰ ਵੀ ਸਾਰਾ ਇਹ ਅਨੈਲਸ ਜਿਹੜਾ ਨਾ ਜੀ ਇਹ ਰੱਬ ਗੁਰੂ ਰਾਮਦਾਸ ਦੀ ਕਿਰਪਾ ਕਰੇ ਇਹਨਾਂ ਨੂੰ ਮਤ ਸਮੱਤ ਬਖਸ਼ੇ ਵੀ ਯਾਰ ਸਾਡੇ ਇਹ ਜਿਹੜਾ ਪੰਜਾਬ ਅੰਮ੍ਰਿਤਸਰ ਦੀ ਧਰਤੀ ਕਿੱਡੀ ਵੱਡੀ ਧਰਤੀ ਆ ਜਿੰਨੂੰ ਆਪਾਂ ਵੈਚਣ ਦੇ ਕੋਸ਼ ਕਰਨ ਦੇ ਕੋਈ ਕੁਛ ਕਰਨ ਦੇ ਕੋਈ ਕਿਸੇ ਦੇ ਗਲਤ ਕਰਨ ਦੇ ਕੋ ਕਾਲੀਓ ਕਾਂਗਰਸ ਦੇ ਕਰਨ ਦੇ ਕੋ ਕਿਸੇ ਦੇ ਕਰਨ ਦੇ ਇੱਕ ਦੂਜੇ ਦੀ ਬਦਲੇ ਦੀ ਭਾਵਨਾ ਇਹ ਨਹੀਂ ਚਾਹੀਦੀ ਤੁੰਗ ਸਾਹਿਬ ਆਖਰੀ ਸਵਾਲ ਤੇ ਸਿੱਧਾ ਸਵਾਲ ਤੇ ਜਿੱਦਾਂ ਮੈਂ ਉਮੀਦ ਕਰਾਂਗਾ ਤੁਹਾਡੇ ਕੋ ਸਿੱਧਾ ਜਵਾਬ ਕੀ ਸਰਦਾਰ ਪਰਮਿੰਦਰ ਸਿੰਘ ਤੁੰਗ ਐਮਐਲਏ ਦੀ ਦਾਅਵੇਦਾਰੀ ਇਸ ਹਲਕੇ ਤੋਂ ਪਾਰਟੀ ਚਾਹੇ ਕੋਈ ਵੀ ਹੋਵੇ ਪੇਸ਼ ਕਰੇਗਾ ਦੀਪਕ ਜੀ ਇਹ ਲੋਕਤੰਤਰ ਕੋਈ ਬੰਦਾ ਤੁਸੀਂ ਪੱਥਰਕਰ ਤੁਸੀਂ ਵੀ ਉੱਥੇ ਦਾਵਾ ਕਰ ਸਕਦੇ ਹੋ ਮੈਂ ਵੀ ਕਰ ਸਕਦਾ ਕਿਉਂ ਨਹੀਂ ਕੋਈ ਕਰ ਸਕਦਾ ਵੀ ਕਿਉਂਕਿ ਮੈਂ ਵੀ ਤਿੰਨ ਵਾਰ ਕਾਉਂਸਲਰ ਬਣਿਆ ਤਾਂ ਵੀ ਦਾਰੀ ਦਾ ਕੋਈ ਵੀ ਕਰ ਸਕਦਾ ਜੇ ਇਹ ਸਚਾਰੂ ਰੂਪਨਾ ਸਿੱਧੇ ਹੋਣ ਨਹੀਂ ਕੀ ਤੁਸੀਂ ਕਰੋਗੇ ਨਹੀਂ ਮੈਂ ਕਿਉਂ ਨਹੀਂ ਕਰੂੰਗਾ ਜੀ ਮੈਂ ਵੀ ਇਨਸਾਨ ਆ ਮੈਂ ਵੀ ਇਹ ਧਰਤੀ ਦੇ ਵਿੱਚ ਜੇ ਮੈਂ ਤਿੰਨ ਵਾਰ ਲਾਕੇ ਦੀ ਨਮਾਇੰਗੀ ਕਰ ਸਕਦਾ ਆ ਜੋੜੇ ਫਾੜ ਕੇ ਸਾਰੀਆਂ ਸੜਕਾਂ ਬਣਾ ਸਕਦਾ ਜਾਂ ਰਸੂਲਵਰ ਕਲਰ ਦੇ ਵਿੱਚ ਜਿੰਨਾ ਪਲਾਟ ਕਿਸ਼ਤਾਂ ਜੇ ਦੇ ਸਕਦਾ ਜਾਂ ਲੋਕਾਂ ਨੂੰ ਫ੍ਰੀ ਦੇ ਸਕਦਾ ਮੰਦਰਾਂ ਦੀ ਸਕੂਲਾਂ ਦੀ ਜਗ੍ਹਾ ਦੇ ਸਕਦਾ ਮੈਨੂੰ ਵੀ ਤੇ ਅਧਿਕਾਰ ਹੈ ਮੈਂ ਵੀ ਇਸ ਸਮਾਜ ਦੇ ਵਿੱਚ ਕੀ ਹਿੱਸਾ ਹੈਗਾ ਜਿੱਥੋਂ ਇਹ ਇੰਟਰਵਿਊ ਅਸੀਂ ਸਟਾਰਟ ਕੀਤੀ ਸੀ ਕਿ ਸਾਨੂੰ ਇਹ ਹਲਕੇ 'ਚੋਂ ਚਰਚਾਵਾਂ ਸੁਣਨ ਨੂੰ ਮਿਲੀਆਂ ਕਿ ਸਰਦਾਰ ਪਰਮਿੰਦਰ ਸਿੰਘ ਤੂੰਗ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਧਮਾਕਾ ਕਰਨ ਜਾ ਰਹੇ ਨੇ ਚਾਹੇ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਹੋਵੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਲੇਕਿਨ ਹੁਣ ਇੱਕ ਵਾਰ ਸਰਗਰਮ ਰਾਜਨੀਤੀ ਦੇ ਵਿੱਚ ਤੁੰਗ ਸਾਹਿਬ ਫੇਰ ਆ ਰਹੇ ਨੇ ਤੁੰਗ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਤੇ ਜਾਂਦਿਆਂ ਇੱਕ ਵਾਰੀ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਆਉਣ ਵਾਲੇ ਇੱਕ ਦੋ ਦਿਨਾਂ ਚ ਤਿਆਰ ਰਹੋ ਦੇਖੋ ਜੀ ਦੀਪਕ ਜੀ ਤੁਸੀਂ ਇਲਾਕੇ 'ਚ ਜਾ ਕੇ ਲੋਕਾਂ ਦੇ ਵਿੱਚੋਂ ਮੇਰੇ ਵਿਊ ਵੇਖ ਲਓ ਆਨਿਆਕ ਸਿੰਘ ਜੱਥੇਬੰਦੀਆਂ ਜਿੰਨੀਆਂ ਵੀ ਸੰਪਰਦਾਵਾਂ ਤੁਸੀਂ ਵੀ ਜਾਣੋ ਆ ਸੰਪਰਦਾਵਾਂ ਨੂੰ ਤੁਸੀਂ ਵੀ ਮਿਲਦੇ ਹੋ ਜਿੰਨੀਆਂ ਵੀ ਨਿਆਕ ਸਿੰਘ ਜੱਥੇਬੰਦੀਆਂ ਕਿਉਂਕਿ ਸਾਰਿਆਂ ਦੀ ਸੇਵਾ ਕਰਦੇ ਆ ਜੀ ਇੱਥੇ ਕੋਈ ਵੀ ਗਰੀਬ ਬੰਦੇ ਮਲਜੂਮ ਆ ਜਾਵੇ ਇਲਾਕੇ ਦੇ ਵਿੱਚ ਵੇਖੋ ਜਦੋਂ ਮੈਂ ਕਾਉਂਸਲਰ 52 ਬੰਦੇ ਉਦੋਂ ਮੈਂ ਕਾਰਪੋਰੇਸ਼ਨ 'ਚ ਰਖਾਏ ਹੁਣ ਵੀ ਉੱਥੇ ਨੌਕਰੀ ਕਰਨਦੇ ਆ ਕੀ ਇਹਨਾਂ ਨੇ ਕੋਈ ਬੰਦਾ ਇਲਾਕੇ ਦਾ ਕਾਰਪੋਰੇਸ਼ਨ 'ਚ ਕਰਾਇਆ ਇੱਕ ਗਲੀਆਂ ਦੀ ਗੱਲ ਨਹੀਂ ਸੜਕਾਂ ਦੀ ਗੱਲ ਨਹੀਂ ਲੋਕਾਂ ਦਾ ਮੂੰਹ ਨਾ ਪਹੁੰਚੋ ਇੱਕ ਨੌਕਰੀਆਂ ਦੋ ਲੋਕਾਂ ਨੂੰ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਕਿਉਂ ਗਲਤ ਇੱਕ ਨੌਕਰੀਆਂ ਦੋ ਮੈਨੂੰ ਉੱਥੇ ਪੱਤਰਕਾਰਾਂ ਨਾਲ ਗੱਲ ਪੁੱਛੀ ਮੈਂ ਨੌਕਰੀ ਨਹੀਂ ਜਦੋਂ ਕਿਸੇ ਨੂੰ ਮਿਲ ਨਹੀਂ ਕਿਸੇ ਨੂੰ ਰੋਟੀ ਰੋਜ਼ੀ ਨਹੀਂ ਮਿਲਦੀ ਇਹਨਾਂ ਨੂੰ ਸਿਲੰਡਰਾਂ ਨਾਲ ਸਿਲੰਡਰਾਂ ਨਾਲ ਤੇ ਥੋੜਾ ਮਾਣ ਆ ਜੇ ਜਾਂ 2-2000 ਰੁਪਏ ਜਿੱਦਾਂ ਮੋਦੀ 2-2000 ਰੁਪਏ ਪਾਈ ਜਾਂਦਾ ਕਿਸਾਨਾਂ ਦੇ ਇੱਕ ਬੜੀ ਵੱਡੀ ਚੰਗੀ ਗੱਲ ਨਹੀਂ ਹੈਗੀ ਇੱਕ ਸਮਾਜ ਦੇ ਵਿੱਚ ਐਹੋ ਜਿਹਾ ਚੀਜ਼ ਲੈ ਕੇ ਆ ਉਹ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਲੋਕ ਚਾਣ ਪੀਏ ਯਾਰ ਲੀਡਰ ਬਹੁਤ ਵਧੀਆ ਸੋ ਇਹ ਸੰ ਸਾਡੇ ਨਾਲ ਸਰਦਾਰ ਪਰਮਿੰਦਰ ਸਿੰਘ ਤੁੰਗ ਜਿਹੜੇ ਕਿ ਸੀਨੀਅਰ ਕਾਂਗਰਸੀ ਲੀਡਰ ਹੋਣ ਦੇ ਨਾਲ ਨਾਲ ਸਾਡੇ ਯਾਰ ਵੀ ਨੇ ਤੇ ਅਗਲੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਬਣੇ ਰਹੋ ਖਬਰ ਪੰਜਾਬ ਦੀ ਨਾਲ ਦੀਪਕ ਗੁਪਤਾ ਖਬਰ ਪੰਜਾਬ ਦੀ ਅੰਮ੍ਰਿਤਸਰ